ਹੱਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਨਿੱਕੀ ਕਹਾਣੀ ਨਾਵਲ ਤੇ ਇਸਾ ਇਹ ਸਾਇਤ ਰੂਪਾਂ ਦੇ ਬਾਰੇ ਕਰਾਂਗੇ ਤੇ ਸਫਰਨਾਵਾ ਤੇ ਬਾਕੀ ਆਲਰੇਡੀ ਅਪਲੋਡ ਕੀਤੇ ਹੋਣ ਤੁਸੀਂ ਉਹਨਾਂ ਨੂੰ ਜ਼ਰੂਰ ਵਾਚ ਕਰੋ ਸੋ ਆਧੁਨਿਕ ਪੰਜਾਬੀ ਨਿੱਕੀ ਕਹਾਣੀ ਦਾ ਜਿਹੜਾ ਵਰਤਮਾਨ ਮਹਾਂਦਰਾ ਆਪਣੇ ਕੋਲ ਹੈ ਜਿਹੜਾ ਇਹ ਕਿਹੜੀ ਕਿੱਥੋਂ ਦੇ ਦੇਣਾ ਪੱਛਮ ਦੇ ਦੇਣਾ ਤੇ ਪੱਛਮੀ ਲੋਕ ਆਲੋਚਕਾਂ ਨੇ ਨਿੱਕੀ ਕਹਾਣੀ ਦੇ ਸਰੂਪ ਨੂੰ ਜਿਹੜਾ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਕੀ ਇਹ ਦਾ ਰੂਪ ਹੈ ਸਰੂਪ ਆ ਤਾਂ ਇੱਕ ਆਲੋਚਕ ਦੇ ਕਥਨ ਦੇ ਅਨੁਸਾਰ ਕਹਾਣੀ ਜਿਹੜੀ ਕਿ ਘੋੜ ਦੌੜ ਦੀ ਤਰ੍ਹਾਂ ਤਾਂ ਜਿਵੇਂ ਵੀ ਇੱਕ ਘੋੜ ਦੌੜ ਦਾ ਆਦ ਤੇ ਅੰਤ ਬਹੁਤ ਜ਼ਿਆਦਾ ਮਹੱਤਵ ਰੱਖਦਾ ਵੀ ਕਿਵੇਂ ਰੇਸ ਸ਼ੁਰੂ ਹੋਈ ਕਿਵੇਂ ਖਤਮ ਹੋਈ ਉਸੇ ਤਰ੍ਹਾਂ ਕਹਾਣੀ ਦਾ ਵੀ ਜਿਹੜਾ ਅੰਤ ਤੇ ਸ਼ੁਰੂਆਤ ਬਹੁਤ ਮਹੱਤਵ ਰੱਖਦੀ ਹੈ ਤੇ ਐਡਗਰ ਐਲਨ ਪੋ ਦਾ ਕੀ ਕਹਿਣਾ ਹੈ ਕਿ ਕਹਾਣੀ ਇੱਕ ਅਜਿਹੀ ਨਿੱਕੀ ਰਚਨਾ ਜਿਹਦੇ ਵਿੱਚ ਇੱਕੋ ਬੈਠਕ ਦੇ ਵਿੱਚ ਪੜਿਆ ਜਾ ਸਕੇ ਤੇ ਪਾਠਕਾਂ ਉਤੇ ਤਿੱਖਾ ਪ੍ਰਭਾਵ ਪਾਇਆ ਜਾਵੇ ਇੱਕੋ ਬੈਠਕ ਭਾਵ ਇੱਕੋ ਵਨ ਸਿਟਿੰਗ ਦੇ ਵਿੱਚ ਉਹਨੂੰ ਆਪਾਂ ਪੜ ਸਕੀਏ ਤੇ ਵਨ ਸਿਟਿੰਗ ਦੇ ਵਿੱਚ ਆਪਣੇ ਤੇ ਇਫੈਕਟ ਪਵੇ ਤਾਂ ਨਿੱਕੀ ਕਹਾਣੀ ਦੇ ਇਹਨਾਂ ਗੁਣਾ ਗੁਣ ਤੋਂ ਆਪਾਂ ਪਤਾ ਲੱਗਦਾ ਕਿ ਨਿੱਕਾ ਆਕਾਰ ਪ੍ਰਭਾਵ ਦੀ ਇਕਾਗਰਤਾ ਕਲਾਤਮਕਤਾ ਰੋਚਕਤਾ ਗਤੀਸ਼ੀਲਤਾ ਇਹਦੇ ਤੱਤ ਨੇ ਤੇ ਇਹ ਜਿਹੜੇ ਕਿ ਤੱਤ ਇਹ ਸਾਰਿਆਂ ਚ ਸੇਮ ਹੀ ਨੇ ਸਟੂਡੈਂਟਸ ਚਾਹੇ ਨਿੱਕੀ ਕਹਾਣੀ ਆ ਚਾਹੇ ਤੁਹਾਡਾ ਜਿਹੜੇ ਕਿ ਨਾਟਕ ਹੈ ਚਾਹੇ ਤੁਹਾਡਾ ਜਿਹੜੇ ਕਿ ਇਕਾਂਗੀ ਹੈ ਚਾਹੇ ਨਾਵਲ ਇਹਨਾਂ ਸਾਰਿਆਂ ਦੇ ਵਿੱਚ ਤੱਤ ਸੇਮ ਦੇ ਹੀ ਪੁਆਇੰਟ ਨੇ ਵਾਰਤਾਲਾਪ ਕਥਾਨਕ ਪਾਤਰ ਉਸਾਰੀ ਸ਼ੈਲੀ ਠੀਕ ਹੈ ਤੇ ਉਦੇਸ਼ ਇਹ ਸਾਰਿਆਂ ਚ ਕਾਮਨ ਨੇ ਸਭ ਚ ਬਸ ਜਿੱਥੇ ਤੁਸੀਂ ਜਿਹੜੇ ਕਿ ਜਿਸ ਬਾਰੇ ਵੀ ਹੈ ਵਸ ਉਹਦਾ ਵਿਰਵਾ ਕਰ ਦੋਗੇ ਕਥਾਵਸਤੂ ਨਿੱਕੀ ਕਹਾਣੀ ਦਾ ਪ੍ਰਮੁੱਖ ਤੱਤ ਆ ਇਹਨੂੰ ਬਸ ਨਾਵਲ ਦੇ ਵਿੱਚ ਇਹ ਯਾਦ ਰੱਖਣਾ ਕਿ ਪਾਤਰ ਦੋ ਤਰ੍ਹਾਂ ਦੇ ਨੇ ਚਪਟੇ ਤੇ ਗੋਲ ਜਿਹੜੇ ਪਾਤਰ ਜਿਹੜੇ ਕਿ ਬਦਲ ਜਾਂਦੇ ਨੇ ਉਹ ਗੋਲ ਹੁੰਦੇ ਨੇ ਜਿਹੜੇ ਨਹੀਂ ਬਦਲਦੇ ਉਹ ਚਪਟੇ ਨੇ ਤੇ ਭਾਸ਼ਾ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਪਾਤਰ ਸਾਰਿਆਂ ਦੁਆਰਾ ਤੇ ਦੂਜਾ ਨਾਵਲਕਾਰ ਜਿਹੜੇ ਵਰਤਦਾ ਇਹਦੇ ਦੇ ਵਿੱਚ ਕਹਾਣੀ ਦਾ ਉਦੇਸ਼ ਜਿਹੜਾ ਕੋਈ ਵੀ ਜੀਵਨ ਦੀ ਕੋਈ ਵੀ ਜਿਹੜੀ ਘਟਨਾ ਉਹ ਕਹਾਣੀ ਦਾ ਵਿਸ਼ਾ ਵਸਤੂ ਬਣਨ ਦੀ ਸਮਰੱਥਾ ਰੱਖਦੀ ਹੈ ਤੇ ਕਹਾਣੀ ਦਾ ਉਦੇਸ਼ ਕੀ ਹੁੰਦਾ ਜੀਵਨ ਦੇ ਕਿਸੇ ਇੱਕ ਪੱਖ ਜਾਂ ਮਨੁੱਖੀ ਸੁਭਾਅ ਦੇ ਵਿਸ਼ੇਸ਼ ਪੱਖ ਉੱਤੇ ਰੌਸ਼ਨੀ ਪਾਣਾ ਹੁੰਦਾ ਹੈ ਤੇ ਕਹਾਣੀ ਸਾਡੇ ਜੀਵਨ ਦੇ ਨਾਲ ਵੱਧ ਤੋਂ ਵੱਧ ਸਬੰਧ ਰੱਖਦੀ ਏ ਕਹਾਣੀ ਵਿੱਚ ਰੋਚਕਤਾ ਪ੍ਰਭਾਵਸ਼ੀਲਤਾ ਹੋਣਾ ਜ਼ਰੂਰੀ ਆ ਤੇ ਇਹ ਤਾਂ ਹੀ ਸੰਭਵ ਆ ਜੇ ਕਹਾਣੀ ਸਾਡੇ ਰੋਜ਼ਾਨਾ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਦੀਆਂ ਪ੍ਰਸਥਿਤੀਆਂ ਨੂੰ ਬਿਆਨ ਕਰੇ ਤੇ ਪ੍ਰਭਾਵਸ਼ਾਲੀ ਵੀ ਹੋਵੇ ਤੇ ਸਧਾਰਨ ਵੀ ਹੋਵੇ ਤੇ ਕਹਾਣੀ ਦਾ ਕਥਾਨਕਾ ਜਿਹੜਾ ਕਿ ਸੰਖੇਪ ਤੇ ਸਰਲ ਹੁੰਦਾ ਤੇ ਇਹਦਾ ਆਰੰਭ ਕਿਵੇਂ ਦਾ ਹੁੰਦਾ ਨਾਟਕੀ ਤਰੀਕੇ ਨਾਲ ਹੁੰਦਾ ਤੇ ਕਹਾਣੀ ਦੇ ਵਿੱਚ ਪਹਿਲੇ ਵਾਕ ਦੇ ਵਿੱਚ ਹੀ ਜਿਹੜੀ ਸਮੱਸਿਆ ਹੁੰਦੀ ਆ ਉਹਦੀ ਸੂਚਨਾ ਦਿੱਤੀ ਜਾਂਦੀ ਆ ਤੇ ਫਿਰ ਹੌਲੀ ਹੌਲੀਮ ਅਪਦੇ ਸਿਖਰ ਦੇ ਵੱਲ ਵਧਦੀ ਆ ਭਾਵਕ ਇਹਦਾ ਕਥਾਨਕ ਆ ਜਿਹੜਾ ਕਿ ਸੰਖੇਪ ਤੇ ਸਰਲ ਹੁੰਦਾ ਏ ਕੰਗਰੀ ਜਿਹਤਰਾ ਤਾਂ ਇਹਦਾ ਨਾਟਕੀ ਹੁੰਦਾ ਜਿਹਦਾ ਛੋਟੀ ਜੀ ਸਮੱਸਿਆ ਤੋਂ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕੀ ਕੀ ਆ ਹੌਲੀ ਹੌਲੀ ਫਿਰ ਅੱਗੇ ਵਧਦਾ ਤੇ ਇਹਦਾ ਅੰਤ ਝਟਪਟਾ ਹੁੰਦਾ ਸੁਝਾਉ ਹੁੰਦਾ ਤੇ ਹੈਰਾਨੀ ਜਣਕ ਹੁੰਦਾ ਪਾਠਕਾਂ ਦੀ ਕਲਪਨਾ ਤੇ ਛੱਡ ਦਿੱਤਾ ਜਾਂਦਾ ਤੇ ਨਿੱਕੀ ਕਹਾਣੀ ਦੇ ਗੋਦ ਕਿਵੇਂ ਦੀ ਹੁੰਦੀ ਆ ਪੀੜੀ ਤੇ ਚੁਸਤ ਹੁੰਦੀ ਆ ਤੇ ਕਥਾਨਕ ਜਿਹੜਾ ਕਿ ਸੰਜਮਤਾ ਵਾਲਾ ਧਾਰ ਨਹੀਂ ਹੁੰਦਾ ਅੱਗੇ ਪਾਤਰ ਚਿੱਤਰਨ ਵਿਸ਼ੇਸ਼ ਸਥਾਨ ਰੱਖਦੇ ਨੇ ਇਹ ਕਹਾਣੀ ਨੂੰ ਵਿਸ਼ੇਸ਼ ਪ੍ਰਸੰਗ ਦੇ ਵਿੱਚ ਪੇਸ਼ ਕਰਦੇ ਨੇ ਤੇ ਸਿਰਜਣਾ ਕਰਦੇ ਨੇ ਪਾਤਰੋ ਸਾਰੀ ਪਾਤਰ ਚਿੱਤਰਨ ਦੀ ਸਫਲਤਾ ਕਹਾਣੀ ਦੀ ਸਫਲਤਾ ਇਹਨਾਂ ਤੇ ਨਿਰਭਰ ਕਰਦੀ ਆ ਤੇ ਪਾਤਰਾਂ ਦੀ ਗਿਣਤੀ ਜ਼ਿਆਦਾ ਨਹੀਂ ਹੁੰਦੀ ਸਿਰਫ ਖਾਸ ਪਾਤਰ ਦੇ ਚਰਿੱਤਰ ਨੂੰ ਹੀ ਇਹਦੇ ਵਿੱਚ ਜਿਹੜਾ ਕਿ ਸਮੁੱਚੀਆਂ ਸੁਭਾਵਨਾਵਾਂ ਦੇ ਅਨੁਸਾਰ ਆ ਜਿਹੜੇ ਕਿ ਨਿਖਾਰਿਆ ਜਾਂਦਾ ਤੇ ਵਾਰਤਾਲਾਪ ਕਹਾਣੀ ਵਿੱਚ ਪ੍ਰਮੁੱਖ ਸਥਾਨ ਰੱਖਦੇ ਨੇ ਇੱਕ ਥਾਨਕ ਦੇ ਵਿਸਥਾਰ ਦੇ ਵਿੱਚ ਪਾਤਰ ਅਨੁਸਾਰੀਕਰਨ ਦੇ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਨੇ ਵਾਰਤਾਲਾਪ ਚੁਸਤ ਹੋਣੇ ਚਾਹੀਦੇ ਨੇ ਸੁਭਾਵਿਕ ਹੋਣੇ ਚਾਹੀਦੇ ਨੇ ਪਾਤਰਾਂ ਦੇ ਅਨੁਕੂਲ ਹੋਣੇ ਚਾਹੀਦੇ ਨੇ ਤੇ ਮਨੋਦਸ਼ਾ ਗੁਣਾ ਔਗਣਾ ਨੂੰ ਇਹਨਾਂ ਸਾਰਿਆਂ ਨੂੰ ਵਧੀਆ ਅਨੁਕੂਲ ਹੋਣੇ ਚਾਹੀਦੇ ਨੇ ਭਾਵ ਕੀ ਵਾਰਤਾਲਾਪ ਭਾਵ ਕੀ ਡਾਇਲੋਗ ਹੁੰਦੇ ਨੇ ਤੇ ਲੰਬੇ ਲੰਬੇ ਵਾਰਤਾਲਾਪ ਚੁਸਤ ਗਤੀ ਵਾਤਾਵਰਣੇ ਸਾਰੇ ਇਹ ਐਵੇਂ ਦੇ ਨਹੀਂ ਹੋਣੇ ਚਾਹੀਦੇ ਕਿਉਂਕਿ ਜੇ ਅਗਰ ਲੰਬੇ ਲੰਬੇ ਵਾਰਤਾਲਾਪ ਹੋਊਗੀ ਤਾਂ ਉਹ ਇੰਨੀ ਤਾਜ਼ਗੀ ਚੁਸਤੀ ਉਹ ਅਗੇ ਵਾਤਾਵਰਣ ਦ੍ਰਿਸ਼ ਦਾ ਮਹੱਤਵ ਹੁੰਦਾ ਕਿਉਂਕਿ ਜੀਵਨ ਦੀਆਂ ਵਿਸ਼ੇਸ਼ ਘਟਨਾ ਪਰਸਥਿਤੀਆਂ ਨੂੰ ਪੇਸ਼ ਕੀਤਾ ਜਾਂਦਾ ਸੋ ਵਧੀਆ ਹੋਣਾ ਚਾਹੀਦਾ ਇਹਦੇ ਵਿੱਚ ਜਿਦੇ ਵਿੱਚ ਅਜਿਹਾਤਾਰਕਤਾ ਤੇ ਸੁਭਾਵਿਕਤਾ ਦੇ ਗੁਣ ਪੈਦਾ ਹੋਣ ਭਾਸ਼ਾ ਸ਼ੈਲੀ ਇਹ ਵੀ ਵਿਸ਼ੇਸ਼ ਮਹੱਤਵ ਰੱਖਦੇ ਨੇ ਭਾਸ਼ਾ ਦੇ ਸ਼ੈਲੀ ਸਾਹਿਤ ਸਿਰਜਣਾ ਦੇ ਪ੍ਰਮੁੱਖ ਸਾਧਨ ਨੇ ਕਹਾਣੀਕਾਰ ਕਹਾਣੀ ਦੇ ਵਿਸ਼ੇ ਵਸਤੂ ਦੇ ਅਨਸਾਰ ਹੈ ਜਿਹੜੇ ਕਿ ਸ਼ੈਲੀ ਦੀ ਵਰਤੋਂ ਕਰਦਾ ਤੇ ਸ਼ੈਲੀਆਂ ਹੁੰਦੇ ਨੇ ਕਥਾਤਮਕ ਆਤਮਕਥਾ ਪੱਤਰਾਤਮਕ ਸ਼ੈਲੀ ਵਾਰਤਾਲਾਪ ਸ਼ੈਲੀ ਡਾਇਰੀ ਸ਼ੈਲੀ ਤੇ ਉਦੇਸ਼ ਹਰ ਕਹਾਣੀ ਦੇ ਉਦੇਸ਼ ਨੂੰ ਰੱਖ ਕੇ ਹੀ ਲਿਖੀ ਜਾਂਦੀ ਹੈ ਕਹਾਣੀਕਾਰ ਆਪਣੇ ਉਦੇਸ਼ ਹੈ ਜਿਹੜੇ ਕਿ ਕਹਾਣੀਆਂ ਦੇ ਘਟਨਾ ਪਾਤਰਾਂ ਦੇ ਦੁਆਰਾ ਤੇ ਉਹਦੇ ਘਟਨਾਵਾਂ ਦੇ ਦੁਆਰਾ ਜਿਹੜੇ ਕਿ ਪੇਸ਼ ਕਰਦਾ ਤੇ ਜੋ ਕਿ ਸਮੇਂ ਦੇ ਵਿੱਚ ਆਮ ਕਰਕੇ ਕਿਸੇ ਸੱਚ ਨੂੰ ਇਹਦੇ ਵਿੱਚ ਦਰਸਾਇਆ ਜਾਂਦਾ ਤੇ ਇਹ ਸੱਚ ਮਨੋਵਿਗਿਆਨਿਕ ਵੀ ਹੋ ਸਕਦਾ ਸਮਾਜਿਕ ਵੀ ਆਰਥਿਕ ਵੀ ਤੇ ਮਨੁੱਖੀ ਚਰਿੱਤਰ ਨੂੰ ਕਹਾਣੀ ਵਿੱਚ ਪੇਸ਼ ਕਰਨਾ ਕਹਾਣੀਕਾਰ ਦਾ ਵਿਸ਼ੇਸ਼ ਉਦੇਸ਼ ਹੁੰਦਾ ਕਹਾਣੀ ਵਿੱਚ ਸੰਪੂਰਨ ਜ਼ਿੰਦਗੀ ਦੀ ਵਿਆਖਿਆ ਨਹੀਂ ਹੁੰਦੀ ਜ਼ਿੰਦਗੀ ਦੇ ਕਿਸੇ ਇੱਕ ਪੱਖ ਉਤੇ ਇੱਕ ਖਾਸ ਦ੍ਰਿਸ਼ਟੀਕੋਣ ਤੋਂ ਚਾਨਣਾ ਪਾਇਆ ਜਾਂਦਾ ਤੇ ਸਫਲ ਕਹਾਣੀ ਵਿੱਚ ਇਹ ਸਾਰੇ ਤੱਤ ਹੋਣੇ ਚਾਹੀਦੇ ਨੇ ਨਿਸ਼ਚਿਤਨ ਪਾਤ ਵਿੱਚ ਹੋਣੇ ਚਾਹੀਦੇ ਨੇ ਠੀਕ ਹੈ ਇਤਿਹਾਸ ਹੋਣਾ ਇਹਦਾ ਪੱਛਮ ਸਾਇਦ ਦੇ ਪ੍ਰਭਾਵ ਹੇਠ ਆਇਆ ਤੇ ਪ੍ਰਿੰਸੀਪਲ ਸੰਸਿੰਘ ਸੇਖੋ ਪ੍ਰਿੰਸੀਪਲ ਸੁਜਾਨ ਸਿੰਘ ਕਰਤਾਰ ਸਿੰਘ ਦੁੱਗਲ ਕਲਵੰਤ ਸਿੰਘ ਵਿਰਕ ਸੰਧੋਕ ਸਿੰਘ ਧੀਰ ਮੋਹਨ ਭੰਡਾਰੀ ਬਰਿਆਮ ਸਿੰਘ ਸੰਧੂ ਇਹਨਾਂ ਸਾਰਿਆਂ ਨੇ ਜਿਹੜੇ ਕਿ ਕਹਾਣੀਆਂ ਰਚੀਆਂ ਨੇ ਤੇ ਇਸਤਰੀ ਲੇਖਕਾਂ ਦੇ ਵਿੱਚ ਦਲੀਪ ਕੌਰ ਟਿਵਾਣਾ ਅਜੀਤ ਕੌਰ ਤੇ ਸੁਖਵੰਤ ਕੌਰ ਨੇ ਤੇ ਸਫਰਨਾਮਾ ਅਰਬੀ ਫਾਰਸੀ ਭਾਸ਼ਾ ਦਾ ਸ਼ਬਦ ਹੈ ਤੇ ਸਫਰ ਨਾਮਮ ਨੂੰਖ ਦੀ ਜਿਹੜੀ ਕਿ ਕੁਮਕੜ ਰੁਚੀ ਦੀ ਉਪਜਾ ਇਹਦੇ ਸੈਰਸ ਪਾਟੇ ਦੇ ਰਾਹੀਂ ਇਹ ਜਿਹੜੇ ਕਿ ਆਇਆ ਤੇ ਬਾਕੀ ਅਗਰ ਤੁਸੀਂ ਹੋਰ ਵਿਸਥਾਰ ਟੰਗ ਦੇ ਨਾਲ ਇਹਨੂੰ ਸੁਣਨਾ ਚਾਹੁੰਦੇ ਹੋ ਵੀਡੀਓ ਨੂੰ ਜਿਹਦੇ ਵਿੱਚ ਸਫਰ ਨਮਾ ਤੋਂ ਅਲੱਗ ਤੋਂ ਵੀਡੀਓ ਅਪਲੋਡ ਕੀਤੀ ਹੋਈ ਉਹਨੂੰ ਜ਼ਰੂਰ ਵਾਚ ਕਰ ਸਕਦੇ ਤੁਸੀਂ ਤਾਲ ਲੱਛੰਦੇ ਪ੍ਰਵਾਹ ਸਫਰਨਾਮਾ ਸਫਰ ਅਤੇ ਨਾਮਾ ਦੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਜਿਹਦਾ ਅਰਥ ਹੈ ਸਫਰ ਦਾ ਵਰਤਾਂਤ ਭਾਵ ਕਿ ਜਿਹੜੀ ਆਪਾਂ ਯਾਤਰਾ ਕਰਦੇ ਆ ਕਿਸੇ ਵੀ ਸਥਾਨ ਤੇ ਆਪਾਂ ਯਾਤਰਾ ਕਰਦੇ ਆ ਤੇ ਆਪਾਂ ਨੂੰ ਜਦੋਂ ਸੇਮ ਐਜ਼ ਇਟ ਇਜ਼ ਉਹਦਾ ਵਰਣਨ ਕਰਦੇ ਆ ਕਿ ਕੀ ਆਪਾਂ ਨੂੰ ਪਹਾਵ ਰਹੇ ਆ ਆਪਾਂ ਕਿਵੇਂ ਕਿਵੇਂ ਗਏ ਉਹ ਸਾਰਾ ਕੀ ਹੁੰਦਾ ਸਫਰਨਾਮਾ ਹੁੰਦਾ ਜਿਹਦੇ ਵਿੱਚ ਕਿਸੇ ਵਿਅਕਤੀ ਦੁਆਰਾ ਉਹਦੇ ਸੈਰ ਦੇ ਸਮਾਚਾਰਾਂ ਨੂੰ ਅੰਕਿਤ ਕੀਤਾ ਜਾਂਦਾ ਤੇ ਇਹਦੇ ਵਿੱਚ ਖੁਦ ਹੀ ਲੇਖਕ ਆਪ ਹੀ ਨਾਇਕ ਹੁੰਦਾ ਤੇ ਉਹ ਕਿਸੇ ਕ ਆਪਣੀ ਹੀ ਯਾਤਰਾ ਦੇ ਅਨੁਭਵ ਨੂੰ ਇਹਦੇ ਵਿੱਚ ਪੇਸ਼ ਕਰਦਾ ਤੇ ਸਵੈ ਜੀਵਨੀ ਦਾ ਸਵੈ ਜੀਵਨੀ ਦੇ ਵਿੱਚ ਵੀ ਆਪਾ ਪ੍ਰਧਾਨ ਹੁੰਦਾ ਸਵੈ ਕੇਂਦ੍ਰਿਤ ਹੁੰਦੀ ਹੈ ਤੇ ਐਵੇਂ ਹੀ ਸਫਰਨਾਮੇ ਦੇ ਵਿੱਚ ਵੀ ਆਪਾ ਪ੍ਰਧਾਨ ਹੁੰਦਾ ਭਾਵ ਕਿ ਇਹਦੇ ਵਿੱਚ ਵੀ ਖੁਦ ਰਾਈਟਰ ਹੀ ਹੁੰਦਾ ਜੋ ਆਪਣੇ ਬਾਰੇ ਦੱਸਦਾ ਤੇ ਐਵੇਂ ਇਸ ਸਵੈ ਜੀਵਨੀ ਦੇ ਵਿੱਚ ਤੇ ਸਫਰਨਾਮਾ ਵੀ ਜੁਰੂਪ ਪ੍ਰਾਤਨ ਪੱਛਮੀ ਸਾਹਿ ਦੇ ਵਿੱਚ ਮਿਲਦੇ ਨੇ ਪਰ ਸਾਹਿਤਿਕ ਸਫਰਨਾਮਾ ਦਾ ਆਰੰਭਾ ਜਿਹੜਾ ਕਿ ਆਧੁਨਿਕ ਕਾਲ ਦੇ ਵਿੱਚ ਹੋਇਆ ਪੱਛਮ ਦੇ ਪ੍ਰਭਾਵ ਹੇਠ ਤੇ ਸਫ਼ਰਨਾਮਾ ਵੱਡੇ ਕਾਰ ਦਾ ਸਾਹਿਤ ਰੂਪਾ ਜਿਦੇ ਵਿੱਚ ਲੇਖਕ ਆਪਣੇ ਜੁੜੀਆਂ ਘਟਨਾਵਾਂ ਦੇ ਵਰਨਣ ਰਾਹੀਂ ਜਿਹੜਾ ਸਮਾ ਦੇਸ਼ ਸਥਾਨ ਇਹਦੇ ਸਾਰੇ ਰਾਜਨੀਤਿਕ ਸਮਾਪ ਭਾਵ ਜਿੱਥੇ ਵੀ ਕੋਈ ਗਿਆ ਠੀਕ ਹੈ ਰਾਈਟਰ ਉੱਥੋਂ ਦੀ ਸਾਰੇ ਦੇਸ਼ ਦੇ ਸਮਾਜਿਕ ਆਰਥਿਕ ਰਾਜਨੀਤਿਕ ਧਾਰਮਿਕ ਸੱਭਿਆਚਾਰਿਕ ਬਿਆਨ ਕਰਦਾ ਤੇ ਆਪਾਂ ਘਰ ਬੈਠੇ ਹੀ ਜਿਹੜੇ ਕਿ ਉਸ ਜਿਸ ਦੇ ਰਾਈਟਰ ਦਾ ਆਪਾਂ ਸਫਰਨਾਮਾ ਪੜਦੇ ਆ ਉਹ ਜਿੱਥੇ ਘੁੰਮਿਆ ਉਹਦਾ ਆਪਾਂ ਆਨੰਦ ਮਾਣਦੇ ਵੀ ਇਸ ਢੰਗ ਦੇ ਨਾਲ ਉਹਨੂੰ ਪੇਸ਼ ਕੀਤਾ ਜਾਂਦਾ ਜਿਵੇਂ ਆਪਾਂ ਨੂੰ ਕੋਈ ਵੀ ਅਗਰ ਕੋਈ ਕਿਤੇ ਜਾਂਦਾ ਆਪਾਂ ਨੇ ਚੰਗੇ ਵਿਸਥਾਰ ਦੇ ਨਾਲ ਦੱਸਦਾ ਆਪਾਂ ਨੂੰ ਲੱਗਦਾ ਕਿ ਆਪਾਂ ਖੁਦ ਵੀ ਉੱਥੇ ਗਏ ਤਾਂ ਇਹਦੇ ਵਿੱਚ ਲੇਖਕ ਆਪਣੇ ਅਨੁਭਵਾਂ ਦਾ ਜਿਹੜਾ ਵਧੀਆ ਢੰਗ ਨਾਲ ਪੇਸ਼ ਕਰਦਾ ਤੇ ਇਹ ਸਵੈ ਜੀਵਨੀ ਨਿਵੰਦ ਰੇਖਾ ਚਰਿਤ ਮਹਾਕਾਵ ਨਾਟਕ ਦੇ ਗੁਣਾਂ ਦੇ ਵਿੱਚ ਆਪਣੇ ਵਿੱਚ ਸਮੂਹਿ ਰੱਖਦਾ ਹੈ ਸਫਰਨਾਮਾ ਵਿਰਤਾਂਤਕ ਗਾਧ ਰਚਨਾ ਇਹਦੇ ਵਿੱਚ ਵਰਣਨ ਯੰਸ਼ ਵੀ ਆ ਇਹਦਾ ਉਦੇਸ਼ ਵਿੰਦੂ ਕਰਕੇ ਅਨਡਿੱਠੀ ਵਿਗਾਨੀ ਧਰਤੀ ਪ੍ਰਵਾਸੀ ਜਨ ਜੀਵਨ ਹੁੰਦਾ ਤੇ ਲੇਖਕ ਦਾ ਸਾਰਾ ਵਿਰਤਾਂਤ ਲੇਖੀ ਦੇ ਵਿੱਚ ਹੁੰਦਾ ਮੈਂ ਸ਼ੈਲੀ ਦੇ ਵਿੱਚ ਹੁੰਦਾ ਭਾਵ ਉੱਤਮਪੁਰਖ ਸ਼ੈਲੀ ਦੇ ਵਿੱਚ ਹੁੰਦਾ ਸਵੈ ਜੀਵਨੀ ਦੇ ਤਰ੍ਹਾਂ ਸਵੈ ਜੀਵਨੀ ਵਿੱਚ ਵੀ ਉੱਤਮਪੁਰਖ ਹੁੰਦਾ ਤੇ ਸਫਰਨਾਮੇ ਦੇ ਵਿੱਚ ਤੇ ਉਹ ਆਪ ਹੀ ਨਾਇਕ ਹੁੰਦਾ ਆਪ ਹੀ ਹਲੋਚਕ ਹੁੰਦਾ ਆਪ ਹੀ ਸ੍ਰਿ ਦ੍ਰਿਸ਼ਟਾ ਤੇ ਸ੍ਰਿਸ਼ਟਾ ਹੁੰਦਾ ਤੇ ਸਫਰਨਾਮੇ ਦੇ ਵਿੱਚ ਜਿਹੜੇ ਕਿ ਉਹਦੇ ਮਹੱਤਵਪੂਰਨ ਹਰ ਵਿਅਕਤੀ ਹਰ ਚੀਜ਼ ਘਟਨਾ ਸਥਾਨ ਨੂੰ ਭਾਵ ਦਾ ਉਹਦੇ ਵਿੱਚ ਵਰਣਨ ਕਰਦਾ ਸਫਰਨਾਮੇ ਦੇ ਗੁਣ ਇਹਦੇ ਸਾਹਿਤਕਾਰਾਂ ਨਾਲ ਦੂਜਿਆਂ ਦੇ ਵਿੱਚੋਂ ਅਲੱਗ ਹੁੰਦੇ ਨੇ ਇਹਦੇ ਵਿੱਚ ਇੱਕ ਸ਼ਲਾਨੀ ਨਹੀਂ ਸਗੋਂ ਇੱਕ ਸੁਚੇਤ ਤੇ ਗਿਆਨਵਾਨ ਵਿਅਕਤੀ ਵੀ ਹੁੰਦਾ ਤੇ ਉਹਦੀ ਸ਼ਖਸੀਅਤ ਤੇ ਆਲੋਚਨਾਤਮਕ ਵਿਰਤੀ ਆਪਾਂ ਨੂੰ ਇਹਦੇ ਵਿੱਚੋਂ ਜਿਹੜੀ ਕਿ ਨਜ਼ਰ ਆਉਂਦੀ ਹੈ ਸਫਰਨਾਮੇ ਦੇ ਤੱਤ ਕਈ ਤੱਤ ਹੁੰਦੇ ਨੇ ਜਿਵੇਂ ਭੂਗੋਲਿਕ ਵਿਵਰਨ ਸੰਸਥਾਵਾਂ ਉਪਜ ਉਤਪਾਦਨ ਵਿਵਸਥਾ ਰਾਜਪੁਰਵਾਂ ਤਰਜੀਹ ਜ਼ਿੰਦਗੀ ਦ੍ਰਿਸ਼ਚਾਵਲੀ ਅਜੂਬੇ ਵਿਰਸਾ ਵਿਰਾਸਤ ਇਹ ਸਾਰੇ ਨੇ ਮੈਂ ਕੇਂਦ੍ਰਿਤ ਭਾਸ਼ਾ ਸ਼ੈਲੀਆਂ ਤੇ ਸਫਰਨਾਮੇ ਦਾ ਵਿਕਾਸ ਸਭ ਤੋਂ ਪਹਿਲਾਂ ਲਾਲ ਸਿੰਘ ਕਮਲਾਕਾਲੀ ਨੇ ਮੇਰਾ ਵਲੈਤੀ ਸਫਰਨਾਮਾ ਫਿਰ ਹਰਦਿਤ ਸਿੰਘ ਸ਼ੇਰ ਸਿੰਘ ਪਿਆਰਾ ਸਿੰਘ ਪਦਮ ਐਸਐਸ ਮੋਲ ਨਰਿੰਦਰਪਾਲ ਸਿੰਘ ਬਲਰਾਸਾ ਨੇ ਪ੍ਰੀਤਮ ਤੇ ਰਵਿੰਦਰ ਰਵੀ ਇਹ ਸਾਰੇ ਲਿਖੇ ਨੇ ਇਹਨਾਂ ਨੇ ਸਫਰਨਾਮੇ ਅੱਗੇ ਹੈ ਸਵੈ ਜੀਵਨੀ ਸਵੈ ਜੀਵਨੀ ਜਿਹੜੇ ਕਿ ਪਹਿਲਾਂ ਆਲਰੇਡੀ ਅਪਲੋਡ ਕੀਤੀ ਹੋਈ ਆ ਤੁਸੀਂ ਉੱਥੇ ਵਿਜ਼ਿਟ ਕਰਕੇ ਜਿਹੜੇ ਕਿ ਵਾਚ ਕਰ ਸਕਦੇ ਹੋ ਤੇ ਇਹ ਜੀਵਨ ਦਾ ਖੁਦ ਹੀ ਜੀਵਨ ਦਾ ਵਿਉਰਾ ਹੁੰਦਾ ਜਿਵੇਂ ਤੁਸੀਂ ਖੁਦ ਆਪਣੇ ਬਾਰੇ ਜੀਵਨ ਬਾਰੇ ਲਿਖੋ ਤਾਂ ਹੋਊਗੀ ਤੁਹਾਡੀ ਸਵੈ ਜੀਵਨੀ ਠੀਕ ਹੈ ਤੇ ਕਿਸ ਰਾਈਟਰ ਨੇ ਕੀ ਕਿਹਾ ਤੁਸੀਂ ਇਹਨੂੰ ਉੱਥੋਂ ਰੀਡ ਕਰ ਸਕਦੇ ਹੋ ਸਮਝ ਸਕਦੇ ਹੋ ਇਹਦੇ ਵਿੱਚ ਤੱਤ ਨੇ ਜਿਵੇਂ ਨੰਗਾ ਸੱਚ ਆਪਾ ਵਿਸ਼ਾ ਵਸਤੂ ਭਾਵ ਕਿ ਆਪਣੇ ਜੀਵਨ ਦਾ ਜਿਹੜਾ ਕਿ ਸੱਚ ਪੇਸ਼ ਕਰਨਾ ਹੁੰਦਾ ਆਪਣੇ ਆਪ ਦੀ ਪਛਾਣ ਕਰਨੀ ਹੁੰਦੀ ਹੈ ਵਿਸ਼ਾ ਵਸਤੂ అనుਭਵ ਕਿਹੜੇ-ਕਿਹੜੇ ਤਜਰਬੇ ਦੇ ਵਿੱਚ ਪੇਸ਼ ਕਰਨੇ ਹੁੰਦੇ ਨੇ ਅਧਿਕਾਰੀ ਵਿਅਕਤੀ ਕਿਹੜੇ-ਕਿਹੜੇ ਹੁੰਦੇ ਨੇ ਇਹਦੇ ਵਿੱਚ ਬੋਲੀ ਭਾਸ਼ਾ ਸ਼ੈਲੀ ਕਮਜ਼ੋਰੀਆਂ ਤੇ ਕਿਨ ਕਿਨਾਂ ਨੇ ਲਿਖੀਆਂ ਨੇ ਤੇ ਜਿਹੜੀ ਜੀਵਨੀ ਹੁੰਦੀ ਆ ਇਹ ਮਨੁੱਖ ਦੀ ਪਛਾਣ ਹੁੰਦੀ ਆ ਭਾਵ ਚ ਰੋਖਿਆਂ ਵਾਲੀ ਜਿਹਨੂੰ ਕੋਈ ਹੋਰ ਜੀਵ ਦਾ ਭਾਵ ਕਿ ਕਿਸ ਜੀਵਨੀ ਕਿਸੇ ਹੋਰ ਦੇ ਬਾਰੇ ਜੇ ਕੋਈ ਲਿਖਦਾ ਤਾਂ ਉਹ ਹੁੰਦੀ ਆ ਜੀਵਨੀ ਕਿਸੇ ਹੋਰ ਬਾਰੇ ਲਿਖਣਾ ਕਿਸੇ ਹੋਰ ਦੇ ਜੀਵਨ ਭਾਵ ਕਿ ਜਦ ਅ ਸੰਤ ਪਗੰਮਰਾਂ ਬਾਰੇ ਹੁੰਦੀ ਆ ਜਾਂ ਕੋਈ ਮਹਾਨ ਅਧਿਕਾਰੀ ਵਿਅਕਤੀ ਦੁਆਰਾ ਉਹਦੀ ਆਪ ਜੀਵਨੀ ਲਿਖੀ ਜਾਂਦੀ ਆ ਤੇ ਇਹਦੇ ਵਿੱਚ ਇਹ ਤਤ ਨੇ ਈਜ਼ੀ ਇਕੁਇਨਟ ਆਫ ਨਹੀਂ ਹੈ ਇਹ ਤੇ ਵੀਡੀਓ ਦੇ ਵਿੱਚ ਕਰਦੇ ਆ ਨਾਵਲ ਨਾਵਲ ਕੀ ਹੈ ਨਾਵਲ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਸ਼ਬਦ ਹੈ ਨੋਵਲ ਨੋਵਲ ਅਨਵੇਲ ਦਾ ਸਮਾਨਾਰਥੀ ਹੈ ਤੇ ਇਹ ਜਿਹੜਾ ਕਿ ਨੋਵੇਲਾ ਤੋਂ ਬਣਿਆ ਹੋਇਆ ਜਿਹੜਾ ਕਿ ਨਾਵਲ ਹੈ ਸ਼ਬਦ ਹੈ ਅੰਗਰੇਜ਼ੀ ਦਾ ਤੇ ਨਾਵਲ ਸਾਹਿਤ ਦਾ ਜਿਹੜਾ ਕਿ ਉਹ ਗਦ ਰੂਪ ਹੈ ਜਿਦੇ ਵਿੱਚ ਘਟਨਾ ਜਾਂ ਘਟਨਾਵਾਂ ਦਾ ਇੱਕ ਵਿਉਂਤਬੱਧ ਭਾਵਕੀ ਇੱਕ ਤਰਤੀਬ ਦੇ ਨਾਲ ਵਰਣਨ ਹੁੰਦਾ ਤਰਤੀਬ ਦੇ ਨਾਲ ਭਾਵਕੀ ਜਿਵੇਂ ਪਹਿਲਾਂ ਬਚਪਨ ਫਿਰ ਉਸ ਤੋਂ ਅੱਗੇ ਜਿਹੜਾ ਕਿ ਬਚਪਨ ਤੋਂ ਬਾਅਦ ਜਵਾਨੀ ਫਿਰ ਬੜਾਪਾ ਐਵੇਂ ਠੀਕ ਹੈ ਇੱਕ ਤਰਤੀਬ ਦੇ ਵਿੱਚ ਵਰਣਨ ਹੁੰਦਾ ਤੇ ਜਿਹੜਾ ਇੱਕ ਜਾਂ ਕਈ ਪਾਤਰਾਂ ਦੇ ਨਾਲ ਵਾਪਰੀ ਹੁੰਦੀ ਹੈ ਇਹ ਵਾਪਰਦਾ ਠੀਕ ਹੈ ਤੇ ਇਹਦੇ ਵਿੱਚ ਵੋਲਟਰ ਸਕਾਟ ਨੇ ਕੀ ਕਿਹਾ ਕਿ ਨਾ ਵਾਲੀ ਕੋ ਰੋਜ਼ਨਾਮਚਾ ਕੀ ਆ ਰੋਜ਼ਨਾਮਚਾ ਰੋਜ਼ਨਾਮਚਾ ਕਿਹਨੇ ਕਿਹਾ ਵੋਲਟਰ ਸਕਾਟ ਨੇ ਇੰਪੋਰਟੈਂਟ ਹੈ ਇਹ ਸ਼ਾਰਟ ਕੁਐਸਚਨ 'ਚ ਵੀ ਆਉਂਦਾ ਹੈ ਇਹ ਕੁਐਸਚਨ ਤੇ ਜਿਹਦੇ ਵਿੱਚ ਸਾਡੀਆਂ ਤੇਜੀ ਦੇ ਵਿੱਚ ਸਾਡੀਆਂ ਸਾਰੀਆਂ ਗੱਲਾਂ ਦਾ ਜਿਹੜੇ ਕਿ ਜ਼ਿਕਰ ਹੋਵੇ ਤੇ ਪਾਤਰ ਅਜਹਿ ਹੁਣ ਜਿਨ੍ਹਾਂ ਨੂੰ ਅਸੀਂ ਇੱਕ ਗਲੀ ਦੇ ਮੋੜ ਤੇ ਦੇਖ ਸਕੀਏ ਠੀਕ ਹੈ ਵੋਲਟਰਸ ਕੋਟ ਨੇ ਕਿਹਾ ਕਿ ਕ ਅਜਹਿ ਜਾਂ ਰੋਜ਼ਨਾ ਮਚਾ ਜਿਦੇ ਵਿੱਚ ਸਾਡੇ ਜਿਹੜੇ ਸਾਰੇ ਗੱਲਾਂ ਦਾ ਵਰਣਨ ਹੁੰਦਾ ਤੇ ਪਾਤਰ ਜੇ ਹੁੰਦੇ ਜਿਨ੍ਹਾਂ ਨੂੰ ਅਸੀਂ ਹਰੇਕ ਗਲੀ ਦੇ ਵਿੱਚ ਮੋੜ ਸਕੀਏ ਤੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਕੀ ਕਿਹਾ ਨਾਵਲ ਨੂੰ ਗੱਦ ਵਰਤਾਨ ਦੇ ਵਿੱਚ ਕਿਸੇ ਵਿਸ਼ੇਸ਼ ਘਟਨਾ ਪ੍ਰਬੰਧ ਨੂੰ ਕਲਾਮੇ ਢੰਗ ਦੇ ਨਾਲ ਵਿਆਪਕ ਰੂਪ ਦੇ ਵਿੱਚ ਦਿੱਤਾ ਤੇ ਇਹਨਾਂ ਦੇ ਵਿੱਚੋਂ ਜਿਹੜੇ ਕਿ ਕੋਟੇਸ਼ਨ ਹਨ ਇਹ ਤੁਸੀਂ ਕਿਸੇ ਦੋ ਦੀਆਂ ਕਰ ਸਕਦੇ ਕੋਈ ਨਹੀਂ ਹੈ ਕਿ ਤੁਸੀਂ ਸਾਰਿਆਂ ਦੇ ਕਰੋ ਤੁਸੀਂ ਇੱਕ ਦੀ ਵੀ ਕਰ ਲਈ ਤਾਂ ਵੀ ਠੀਕ ਹੈ ਅੱਗੇ ਮੁਨਸ਼ੀ ਪ੍ਰੇਮਚੰਦ ਕੀ ਕਹਿੰਦਾ ਕਿ ਮੈਂ ਉਪਨਿਹਾਸ ਨੂੰ ਮਾਨਵ ਚਰਿੱਤਰ ਦਾ ਭਾਵਕੀ ਨਾਵਲ ਨੂੰ ਉਪਨਿਯਾਸ ਕਿਹਾ ਗਿਆ ਤਾਂ ਮਾਨਵ ਚਰਿੱਤਰ ਦਾ ਚਿੱਤਰ ਮਾਤਰ ਸਮਝਦਾ ਤਾਂ ਮਾਨਵ ਚਰਿੱਤ ਉਤੇ ਪ੍ਰਕਾਸ਼ ਪਾਉਂਦਾ ਇਹ ਤੇ ਉਹਨਾਂ ਅੱਖਾਂ ਨੂੰ ਖੋਲਣਾ ਹੀ ਜਿਹੜੇ ਕਿ ਉਪਨਿਯਾਸ ਦਾ ਮੂਲ ਤਤਤਾ ਹੁਣ ਕਥਾਨਕ ਦੇ ਤੱਤ ਨਾਵਲ ਦੇ ਤੱਤ ਕਿਹੜੇ-ਕਿਹੜੇ ਨੇ ਉਹੀ ਆ ਜਾਣਗੇ ਕਥਾਨਕ ਪਾਤਰ ਉਸਾਰੀ ਬਾਰਤਾਲਾਪ ਸਥਾਨਕ ਰੰਗਣ ਉਹੀ ਸਥਾਨਕ ਰੰਗਣ ਭਾਵੇਂ ਕਿ ਰੰਗ ਮਚ ਆ ਗਿਆ ਭਾਸ਼ਾ ਸ਼ੈਲੀ ਸਾਰਿਆਂ ਦੇ ਹੀ ਨੇ ਉਦੇਸ਼ ਐਵੇਂ ਇਕਾਂਗੀ ਦੇਵੇਂ ਨਾਟਕ ਦੇ ਠੀਕ ਐਵੇਂ ਨਿੱਕੀ ਕਹਾਣੀ ਦੇ ਸਾਰਿਆਂ ਦਾ ਸੇਮ ਨੇ ਤਾਂ ਕਥਾਨਕ ਜਿਹੜਾ ਕਿ ਨਾਵਲ ਦਾ ਮਹੱਤਵਪੂਰਨ ਤੱਤ ਹੈ ਇਹਨੂੰ ਗੋਣ ਜਾਂ ਪਲਾਟ ਚਾ ਗੋਂਦਵੀ ਕਿਹਾ ਜਾਂਦਾ ਕਥਨਕੰਦਰ ਨਾਵਲਕਾਰ ਪਹਿਲਾਂ ਘਟਨਾਵਾਂ ਦੀ ਚੋਣ ਕਰਦਾ ਹੈ ਤੇ ਇਹ ਲਾਈਨ ਵੀ ਤੁਸੀਂ ਹਰ ਇੱਕ ਚਲੈਨ ਕਰ ਐਡ ਕਰ ਸਕਦੇ ਹੋ ਕਿ ਇਹਦੇ ਅੰਦਰ ਵਿੱਚ ਪਹਿਲਾਂ ਕਥਨਾਵਾਂ ਦੀ ਜਿਹੜੀ ਕਿ ਚੋਣ ਕੀਤੀ ਜਾਂਦੀ ਆ ਤਾਂ ਚੋਣ ਕਰਨ ਤੋਂ ਬਾਅਦ ਨਾਵਲੀ ਗੁੰਜਨ ਨਾਲ ਨੂੰ ਸੁਲਝਾਂਦਾ ਹੋਇ ਨਾਵਲ ਦੀ ਕਥਾ ਦਾ ਵਿਸਥਾਰ ਕੀਤਾ ਜਾਂਦਾ ਤੇ ਹਰ ਇਸ ਦੇ ਅੰਦਰ ਹਰ ਇੱਕ ਗੱਲ ਨੂੰ ਕਾਰਜ ਕਰਨ ਦੇ ਪ੍ਰਸੰਗ ਦੇ ਵਿੱਚ ਅੱਗੇ ਤੋੜਿਆ ਜਾਂਦਾ ਅੱਗੇ ਪਾਤਰੋ ਸਾਰੀ ਕਥਾਨਕ ਤੋਂ ਪਿੱਛੋਂ ਫਿਰ ਪਾਤਰੋ ਸਾਰੀ ਨਾਵਲ ਦਾ ਦੂਜਾ ਤੱਤ ਹੈ ਜਿਹਦੇ ਵਿੱਚ ਨਾਵਲਕਾਰ ਪਹਿਲਾਂ ਕਥਾਨਕ ਦੀ ਪੇਸ਼ਕਾਰੀ ਪਾਤਰਾ ਰਾਹੀਂ ਕਰਦਾ ਹੈ ਫੇਰ ਪਾਤਰ ਉਸਾਰੀ ਰਾਹੀਂ ਉਹਨੂੰ ਕਲਾਤਮਕ ਵਿਧੀ ਤੇ ਜਿਹੜੇ ਅਮੂਰਤ ਕਥਾਨਕ ਹੁੰਦਾ ਉਹਨੂੰ ਸਮੂਰਤ ਬਣਾਉਂਦਾ ਭਾਵ ਕਿ ਅਮੂਰਤ ਹੋ ਗਿਆ ਜੋ ਨਹੀਂ ਦਿਖਦਾ ਉਹਨੂੰ ਫੇਰ ਸਮੂਰਤ ਕਰਦਾ ਪਾਤਰ ਉਸਾਰੀ ਰਾਹੀਂ ਤੇ ਨਾਵਲਕਾਰ ਨੂੰ ਜਹੇ ਪਾਤਰਾਂ ਦੀ ਸਿਰਜਣਾ ਕਰਨੀ ਚਾਹੀਦੀ ਹੈ ਜਿਹੜੇ ਸਾਡੀ ਜ਼ਿੰਦਗੀ ਦੇ ਨੇੜੇ ਹੋਣ ਤੇ ਉਹ ਅਸਲ ਜ਼ਿੰਦਗੀ ਦੀ ਝਲਕ ਪੇਸ਼ ਕਰਨ ਦੇ ਯੋਗ ਹੋਣ ਤੇ ਵਿਦਵਾਨ ਜੜ ਕਿ ਨਾਵਲ ਦੇ ਵਿੱਚ ਦੋ ਤਰ੍ਹਾਂ ਦੇ ਪਾਤਰ ਹੁੰਦੇ ਨੇ ਇਹ ਵੀ ਇੰਪੋਰਟੈਂਟ ਆ ਜਿਹੜੇ ਵੀ ਇੰਪੋਰਟੈਂਟ ਲਾਈਨਾਂ ਨੇ ਉਹ ਮੈਂ ਅੰਡਰਲਾਈਨ ਕੀਤੀਆਂ ਹੋਈਆਂ ਨੇ ਪਾਵ ਕੀ ਦੁਜੇ ਤੋਂ ਡਿਫਰੈਂਟ ਨੇ ਜਿਹੜੀਆਂ ਤੇ ਦੋ ਤਰ੍ਹਾਂ ਦੇ ਪਾਤਰ ਹੁੰਦੇ ਨੇ ਇਹਦੇ ਵਿੱਚ ਇੱਕ ਹੁੰਦੇ ਨੇ ਗੋਲ ਤੇ ਇੱਕ ਹੁੰਦੇ ਨੇ ਚਪਟੇ ਤੇ ਜਿਹੜੇ ਇਹਦੇ ਵਿੱਚ ਤੇ ਜਿਹੜੇ ਪਾਤਰ ਜਿਹੜੇ ਕਿ ਪ੍ਰਸਥਿਤੀਆਂ ਦੇ ਅਨੁਸਾਰ ਬਦਲਦੇ ਨੇ ਉਹ ਹੁੰਦੇ ਨੇ ਗੋਲ ਪਾਤਰ ਜਿਹੜੇ ਪਾਤਰ ਨਹੀਂ ਬਦਲਦੇ ਹੋਣਗੇ ਚਪਟੇ ਠੀਕ ਹੈ ਜਿਹੜੇ ਬਦਲ ਜਾਂਦੇ ਨੇ ਉਹ ਹੁੰਦੇ ਨੇ ਗੋਲ ਜਿਹੜੇ ਨਹੀਂ ਬਦਲਦੇ ਹੋ ਹੁੰਦੇ ਨੇ ਚਪਟੇ ਤਾਂ ਇਹਦੇ ਵਿੱਚ ਅੱਗੇ ਹੈ ਕਦਰ ਸਥਾਨਕ ਰੰਗ ਵਾਰਤਾਲਾਪ ਵਾਰਤਾਲਾਪ ਮਹੱਤਵਪੂਰਨਤਾ ਤਾਂ ਵਾਰਤਾਲਾਪਾਤਰੋ ਸਾਰੀ ਦੇ ਵਿੱਚ ਤੇ ਕਥਾਨਕ ਨੂੰ ਅੱਗੇ ਤੋਰਨ ਦੇ ਵਿੱਚ ਹੈਲਪ ਕਰਦੇ ਨੇ ਵਾਰਤਾਲਾਪ ਸੰਜਮ ਇਹ ਸਾਰਿਆਂ ਚ ਲਾਈਨ ਵਾਰਤਾਲਾਪ ਸਭ ਦੇ ਵਿੱਚ ਤੁਸੀਂ ਸੇਮ ਐਡ ਕਰ ਸਕਦੇ ਹੋ ਠੀਕ ਹੈ ਬਸ ਉਥੇ ਨਾਮ ਚੇਂਜ ਕਰ ਦੇਣਾ ਇਕਾਂਗੀ ਇਕਾਂਗੀ ਨਾਂ ਵਾਲਾ ਤਨਾਵ ਲਿਖ ਦੇਣਾ ਤੇ ਨਿੱਕੀ ਕਹਾਣੀ ਦਾ ਨਿੱਕੀ ਕਹਾਣੀ ਲਿਖ ਦੇਣਾ ਨਾਟਕਤਾ ਦਾ ਹੋਣਾ ਇੱਕ ਪਾਸੇ ਇੱਕ ਪਾਸੇ ਨਾਵਲ ਦੀ ਰੋਚਕਤਾ ਵਿੱਚ ਵਾਧਾ ਕਰਦਾ ਦੂਜੇ ਪਾਸੇ ਨਾਵਲ ਦੇ ਗਲ ਪ੍ਰੂਪ ਸਿਰਜਣ ਦੀ ਸਮ ਵਿੱਚ ਸਹਾਇਤਾ ਕਰਦਾ ਸਥਾਨਕ ਰੰਗਣ ਜ਼ਰੂਰੀ ਗੁਣ ਹੈ ਤਾਂ ਨਾਵਲ ਦਾ ਵਰਤਾਂਤ ਕਿਸੇ ਭੂਗੰਡ ਦੇ ਲੋਕਾਂ ਦੇ ਭਾਵ ਕੀ ਕਿਸੇ ਖਾਸ ਹਿੱਸੇ ਦੇ ਕਿਸੇ ਖਾਸ ਖਿੱਤੇ ਖਿੱਤੇ ਦੇ ਲੋਕਾਂ ਦੇ ਜੀਵਨ ਉੱਪਰ ਅਧਾਰਿਤ ਹੁੰਦਾ ਤੇ ਲੋਕਾਂ ਦਾ ਸੁਭਾਅ ਉਹਨਾਂ ਦੇ ਜੀਵਨ ਜਾਂਚ ਉਹਨਾਂ ਦਾ ਰਹਿਣ ਸਹਿਣ ਉਹਨਾਂ ਦਾ ਆਚਾਰ ਵਿਵਹਾਰ ਤੇ ਡੂੰਗਾ ਸੰਬੰਧ ਹੁੰਦਾ ਤਾਂ ਅੱਗੇ ਭਾਸ਼ਾ ਭਾਸ਼ਾ ਦੋ ਪ੍ਰਕਾਰ ਦੀ ਹੁੰਦੀ ਹੈ ਇਹਦੇ ਵਿੱਚ ਇਹ ਯਾਦ ਰੱਖਣਾ ਕਿ ਨਾਵਲ ਦੇ ਵਿੱਚ ਪਾਤਰ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਤੇ ਭਾਸ਼ਾ ਵੀ ਦੋ ਤਰ੍ਹਾਂ ਦੀ ਹੁੰਦੀ ਆ ਭਾਸ਼ਾ ਵੀ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਤਾਂ ਪਾਤਰਾਂ ਦੁਆਰਾ ਬੋਲੀ ਜਾਂਦੀ ਭਾਸ਼ਾ ਦੂਜੀ ਨਾਵਲਕਾਰ ਜਦੋਂ ਸਿਰਜਣਾ ਜਿਵੇਂ ਨਾਵਲਕਾਰ ਕੋਈ ਵੀ ਕੋਈ ਪਾਤਰ ਸੁਰਜਿਆ ਜਿਵੇਂ ਆਪਾਂ ਆ ਰਾਮ ਬਾਰੇ ਕਿਹੇ ਵੀ ਰਾਮ ਨੇ ਕਿਹਾ ਠੀਕ ਹੈ ਉਹ ਹੋਗੀ ਇੱਕ ਜੋ ਖੁਦ ਉਹਨੇ ਬੋਲਿਆ ਉਹ ਹੋਗੀ ਤਾਂ ਦੋਹਾਂ ਕਿਸਮਾਂ ਦੀ ਭਾਸ਼ਾ ਦੀ ਖਾਸ ਮਹੱਤਤਾ ਹੁੰਦੀ ਆ ਤੇ ਜਿੱਤੇ ਨਾਵਲ ਦੇ ਵਿੱਚ ਦੋਹਾਂ ਦੀ ਜੋਗ ਵਰਤੋਂ ਹੁੰਦੀ ਆ ਤੇ ਸ਼ੈਲੀ ਭਾਸ਼ਾ ਦੇ ਨਾਲ ਹੀ ਲੇਖਕ ਦਾ ਜਿਹੜਾ ਸ਼ੈਲੀ ਸੰਬੰਧੀ ਵੀ ਸचेत ਹੋਣਾ ਜ਼ਰੂਰੀ ਹੁੰਦਾ ਨਾਵਲ ਦੇ ਵਿੱਚ ਕਈ ਪ੍ਰਕਾਰ ਦੇ ਸ਼ੈਲੀਕਤ ਵਿਧੀਆਂ ਦਾ ਪ੍ਰਯੋਗ ਕੀਤਾ ਜਾਂਦਾ ਜਿਵੇਂ ਵਰਨਾਤਮਕ ਵਿਧੀ ਹੋ ਗਈ ਵਿਰਤਾਂਤਕ ਚੇਤਨਾ ਪ੍ਰਵਾਹ ਉਦੇਸ਼ ਨਾਵਲ ਦਾ ਕੋਈ ਨਾ ਕੋਈ ਉਦੇਸ਼ ਹੋਣਾ ਜ਼ਰੂਰੀ ਆ ਉਦੇਸ਼ ਤੋਂ ਬਿਨਾ ਨਾਵਲ ਆਪਾਂ ਕਹਿਣਾ ਉਹਨੂੰ ਠੀਕ ਨਹੀਂ ਮੰਨ ਸਕਦੇ ਕਿਉਂਕਿ ਸਾਹਿਤਿਕ ਕਰਤੱਵ ਤੋਂ ਬੇਮੁਖ ਹੁੰਦਾ ਅਗਰ ਕਿਸੇ ਚੀਜ਼ ਦਾ ਉਦੇਸ਼ ਨਹੀਂ ਹੁੰਦਾ ਅੱਗੇ ਨਾਵਲਾਂ ਦੇ ਕਿਸਮਾ ਕਿਹੜੇ-ਕਿਹੜੇ ਨੇ ਜਿਵੇਂ ਜਾਸੂਸੀ ਨਾਵਲ ਹੁੰਦੇ ਨੇ ਤਲਿਸਮੀ ਨਾਵਲ ਹੋਗੇ ਇਤਿਹਾਸਿਕ ਨਾਵਲ ਹੋਗੇ ਮਨੋਵਿਗਿਆਨਿਕ ਹੋਗੇ ਚੇਤਨਾ ਪ੍ਰਵਾਹ ਹੋਗੇ ਅੰਤਲਿਕ ਨਾਵਲ ਹੋਗੇ ਨਾਵਲੈਟ ਜਾਂ ਲਘੂ ਨਾਵਲ ਹੋਗੇ ਤੇ ਪੰਜਾਬੀ ਰਚਨਾ ਦਾ ਆਰੰਭਾ ਜਿਹੜਾ ਕਿ ਅੰਗਰੇਜ਼ੀ ਸਾਹਿਦ ਦੇ ਪ੍ਰਭਾਵ ਅਧੀਨ ਆਇਆ ਨਾਵਲ ਤੇ ਡਾਕਟਰ ਚਰਨ ਸਿੰਘ ਨੇ ਸ਼ਰਾਬਕੌਰ ਨਾਵਲ ਦੀ ਰਚਨਾ ਕੀਤੀ ਜਿਹੜੀ ਕਿ ਇੱਕ ਸਮਾਜਿਕ ਨਾਵਲ ਹੈ ਤੇ ਇਸ ਤੋਂ ਪਿੱਛੋਂ ਭਾਈ ਵੀਰ ਸਿੰਘ ਨੇ ਸੁందਰੀ ਨਾਵਲ ਲਿਖਿਆ ਤੇ ਇਸ ਤੋਂ ਬਾਅਦ ਦੇ ਜਿਹੜੇ ਕਿ ਹੋਰ ਨਾਵਲ ਲਿਖੇ ਗਏ ਜਿਵੇਂ ਨਾਨਕ ਸਿੰਘ ਨਾਵਲ ਦਾ ਪਿਤਾਮਾ ਉਹ ਮੰਨਿਆ ਜਾਂਦਾ ਤੇ 4 ਦਰਜਨ ਦੇ ਕਰੀਬ ਨਾਵਲ ਲਿਖੇ ਗਏ ਇਸ ਤੋਂ ਪਿੱਛੋਂ ਸਰਿੰਦਰ ਸਿੰਘ ਨਰੂਲਾ ਕਰਤਾ ਸਿੰਘ ਦੁੱਗਲ ਜਸਵੰਤ ਸਿੰਘ ਕਵਲ ਇਹ ਤੁਸੀਂ ਯਾਦ ਪੱਕਾ ਕਰਨੇ ਨੇ ਇਹ ਕਿਉਂਕਿ ਇਹਨਾਂ ਦੇ ਵਿੱਚੋਂ ਤੁਹਾਨੂੰ ਇੱਕ ਨੰਬਰ ਮਿਲਣਾ ਤੇ ਅ ਸਰਿੰਦਰ ਸਿੰਘ ਨਰੂਲਾ ਦਾ ਜਿਹੜਾ ਪਿਓ ਪੁੱਤਰ ਨਾਵਲ ਉਹ ਜਥਾਰਤਵਾਦੀ ਨਾਵਲ ਤੇ ਅਮਰਤਾ ਪ੍ਰੀਤਮ ਅਜੀਤ ਕੌਰ ਦਲੀਪ ਕੌਰ ਟਿਵਾਣਾ ਰਾਮ ਸਰੂਵਾਨ ਅਨਖੀ ਓਮ ਪ੍ਰਕਾਸ਼ ਗਾਸਦੀ ਇਹਨਾਂ ਸਾਰਿਆਂ ਨੇ ਜਿਹੜੇ ਕੀ ਨਾਵਲਾਂ ਦੀ ਰਚਨਾ ਕੀਤੀ ਹੈ